ਨਹੀਂ ਮੈਂ ਮਾੜਾ ਬੰਦਾ ਮੈਂ ਕਿੱਥੇ ਕਰਦੇ ਪਏ ਹੋਰ ਕੀ 10-10 ਰੁਪਏ ਤੁਸੀਂ ਦੱਸਦੇ ਹੋ ਕਿ 10 ਕਰੋੜ ਦਾ ਤੁਹਾਡਾ ਠੇਕਾ ਹੈ ਮਾਲਕਾਂ ਦਾ ਕਿਹੜੇ ਮਾਲਕ ਨੇ ਮਾਲਕਾਂ ਨਾ ਦੱਸ ਦਿਓ ਕਾਨੂੰਨ ਤੁਹਾਡਾ ਹੈ ਨਾ ਤੁਹਾਡਾ ਹੱਕ ਹੈ ਤੁਸੀਂ ਲਵੋ ਯਾਰ ਬਿਲਕੁਲ ਇਹ ਕਾਨੂੰਨ ਗਵਰਨਮੈਂਟ ਦਾ ਕਾਨੂੰਨ ਹੈ ਕਿਉਂ ਦਈਏ ਯਾਰ ਤੁਸੀਂ ਜ਼ੁਲਮ ਕਰਦੇ ਹੋ ਨਾ ਲੋਕਾਂ ਨਾਲ ਇਹ ਜ਼ੁਲਮ ਹੈ ਜਿਹੜੇ ਲੋਕ ਇੱਥੇ ਗਰੀਬ ਨੂੰ ਲੋਕ ਆਉਂਦੇ ਨੇ ਆਪਣਾ ਦਰਬਾਰ ਤੇ ਉਹ 10-10 ਇਧਰ ਪਾਏ ਜਾਣਾ ਉਹ ਅਗਰ ਤੁਸੀਂ ਕਰਦੇ ਤਾਂ ਮੈਂ ਤੁਹਾਨੂੰ 1000 ਰੁਪਈਆ ਦਿਆਂ ਪੂਰੀ ਜਿਹੜੀ ਗੱਲ ਕਰਦੇ ਪੂਰੀ ਕਰੋ ਤੁਹਾਨੂੰ 10 ਰੁਪਈਏ ਚਾਹੀਦੇ ਨਾ ਤੁਹਾਨੂੰ 10-10 ਰੁਪਈਆ ਦਿਆਂ ਦਾ ਮੈਂ ਹੁਣ ਪੂਰੀ ਗੱਲ ਕਰ ਲੈਣੀ ਹੈ ਮੈਂ ਤੁਹਾਨੂੰ ਹੁਣ ਦੇਣਾ ਵਾ ਪੂਰੀ ਗੱਲ ਕਰੋ ਅੱਛਾ ਮੈਂ ਤੁਹਾਨੂੰ ਦੇਣਾ ਵਾ ਠੀਕ ਹੈ ਇੱਕ ਮਿੰਟ ਤੁਸੀਂ ਕੋਈ ਗੱਲ ਨੀ ਬਣਾਓ ਬਣਾਓ ਮੇਰੀ ਬਣਾਓ ਬਣਾਓ ਸੋ ਬਿਸਮਿਲਾ ਤੁਸੀਂ ਬਣਾਓ ਬਣਾਓ ਤੁਹਾਡਾ ਠੀਕ ਹੈ ਨਾ ਯਾਰ ਇਹਨੇ ਦਾ ਤੁਸੀਂ ਡਾਢੇ ਬੰਦੇ ਹੋ ਤੁਸੀਂ ਹੱਥੀ ਪੈ ਜਾਂਦੇ ਹੋ ਲੜਦੇ ਵੀ ਹੋ ਮਾਰਦੇ ਵੀ ਹੋ ਯਾਰ ਉਹ ਮਾੜਾ ਉਹ ਬੰਦੇ ਭਾਈ ਇੱਥੇ ਜੁੱਤੀ ਖੜੀ ਕੀਤੀ ਹੈ ਪਹਿਲੇ ਮੈਨੂੰ ਦੱਸ ਇਹ ਜੁੱਤੀ ਹੈ ਨਹੀਂ ਮੂਵੀ ਨੀ ਬਣਾ ਰਿਹਾ ਅੱਛਾ ਸੁਣ ਤੇ ਲਓ ਠੀਕ ਹੈ ਮੂਵੀ ਬੰਦੀ ਅਗਰ ਤੁਸੀਂ ਠੀਕ ਹੋ ਤੁਹਾਨੂੰ ਕਿਸੇ ਸ਼ਾਇਦ ਦਾ ਡਰ ਕੀ ਹੈ ਯਾਰ ਤੇ ਫਿਰ ਹਾਂਜੀ ਸਰਕਾਰ ਕੋਲ ਅਗਰ ਇੱਥੇ ਜੁੱਤੀ ਰੱਖਣਾ ਜੁਰਮ ਹੈ ਅਗਰ ਯਾਰ ਇੱਥੇ ਰੱਖਣਾ ਜੁਰਮ ਹੈ ਤੇ ਇਹ ਗੁਨਾਹਗਾਰ ਹੈ ਭਾਈ ਜਾਨ ਇੱਧਰ ਆਓ ਪੁਲਿਸ ਵਾਲਾ ਵੀ ਮੈਨੂੰ ਆਵੇ ਇੱਥੇ ਮੈਂ ਬਾਹਰ ਇੱਥੇ ਸਿਕਿਉਰਿਟੀ ਖਲੋਤੀ ਉਹਨਾਂ ਨੂੰ ਸੱਦੋ ਹਜ਼ਾਰ ਇਹ ਭਾਈ ਜਾਨ ਇੱਥੇ ਜੁੱਤੀਆਂ ਬੰਨੀਆਂ ਲਾਈਆਂ ਨੇ ਠੀਕ ਹੈ ਤੇ ਇਹਨਾਂ ਨੂੰ ਕਹਿ ਰਹੇ ਨੇ ਕਿ ਇੱਥੇ ਜੁੱਤੀ ਨਹੀਂ ਲਾਣੀ ਤੁਸਾਂ ਠੀਕ ਹੈ ਇੱਥੇ ਜੁੱਤੀ ਲਾਈ ਤੇ ਸਾਡਾ ਠੇਕਾ ਵੇ ਸਾਨੂੰ 10 ਰੁਪਏ ਚਾਹੀਦੇ ਨੇ ਜਿਹੜਾ ਬੰਦਾ ਆਪਣੀ ਸ਼ਹਿਰ ਦੀ ਉਹਦੀ ਹਿਫਾਜ਼ਤ ਕਰ ਸਕਦਾ ਹੈ ਉਹ 10 ਰੁਪਏ ਦੇਵੇ ਕਿ ਨਾ ਦੇਵੇ ਠੀਕ ਹੈ ਨਾ ਤੇ ਜਿਹੜਾ ਬੰਦਾ ਨਹੀਂ ਕਰ ਸਕਦਾ ਉਹ ਇਹਨਾਂ ਦੀ ਅਮਾਨਤ ਦੇਵੇ ਠੀਕ ਹੈ ਭਾਈ ਜਾਨੇ ਫੜੋ ਹੁਣ ਉਹ ਬੰਦੇ ਨਹੀਂ ਦੇਣਾ ਚਾਹੁੰਦੇ ਨਾ 120 ਲੈਂਦੇ ਹੈ ਅੱਛਾ ਅੰਦਾ 120 ਲੈਂਦੇ ਨੇ 120 ਰੁਪਏ ਯਾਰ 120 ਰੁਪਏ ਨਹੀਂ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਵਾ ਕਿ ਇਹ ਜਾਇਜ਼ ਕੰਮ ਹਾਂ ਬਸ ਇੱਥੇ ਭਾਈ ਜਾਨ ਮਜਮਾ ਨਹੀਂ ਹੈ ਇੱਥੇ ਇਹਨਾਂ ਜੁੱਤੀ ਲਾਈਏ ਹਾਂ ਇੰਜ ਕਰ ਲਓ ਵੱਧ ਤੋਂ ਵੱਧ ਇਹ ਕੰਮ ਕਰ ਲਓ ਬਸ ਠੀਕ ਇਹ ਜਾਇਜ਼ ਹੈ ਬਿਹਤਰੀਨ ਅੱਲਾਹ ਤਾਲਾ ਖੁਸ਼ ਰੱਖੇ ਤੁਹਾਨੂੰ ਦੋਵਾਂ ਯਾਦ ਰੱਖਿਆ ਜੀ ਅੱਲਾਹ ਹਾਫਿਜ਼ ਹਾਏ 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 ਸਰ ਹੁਣ ਇੰਜੀਨੀਅਰਿੰਗ ਹੋ ਚੁੱਕੀ ਹੈ ਤੈਂ ਕਰਨਾ ਰੁਕ ਜਾਓ ਜਬ ਇਨਕਾ ਬੜਾ ਕਹਤਾ ਹੈ ਕਿ ਜੀ ਹਜ਼ਾਰ ਸਾਲ ਤੂੰ ਬਾਬਾ ਪਾਲ ਰਿਹਾ ਲਾਹੌਰ ਚ ਖੁਦਾ ਕਾ ਨਾਮ ਨਹੀਂ ਲੈ ਰਹਾ ਵੋ ਕਹਿ ਰਿਹਾ ਬਾਬਾ ਪਾਲ ਰਿਹਾ ਬਾਬਾ ਇਹ ਪਾਲ ਰਿਹਾ ਕਿ ਅਗਰ ਟੋਕਨ ਨਾ ਲਓ ਤਾਂ ਤੁਹਾਡੀ ਜੁੱਤੀ ਚੋਰੀ ਹੋ ਜਾਏ ਓਏ ਬਾਬੇ ਕੋ 60-70 ਰੁਪਏ ਹਰ ਦਫਾ ਦੇਣੇ ਪੜਤੇ ਹੈ ਤਬ ਜਾ ਕੇ ਤੁਹਾਡੀ ਜੁੱਤੀਆਂ ਕੀ ਹਿਫਾਜ਼ਤ ਹੋਤੀ ਹੈ ਪਹਿਲੇ ਤੋ ਤੁਹਾਡੇ ਬਾਬੇ ਜੋ ਹੈ ਨਾ ਵਹਾਂ ਸੇ ਕੋਈ ਚੀਜ਼ ਚੋਰੀ ਕਰੇ ਨਾ ਤੋ ਵੋ ਅੰਧਾ ਹੋ ਜਾਤਾ ਥਾ ਉਹ ਬਾਬੇ ਮੈਂ ਮਾਰ ਛੱਡੇ ਜਿਹੜੇ ਵਾਵੇਂ ਚ ਉੱਡਦੇ ਸਨ ਤੇ ਪਾਣੀ ਪੇ ਚਲਤੇ ਥੇ ਹਾਂ ਅਬ ਬਾਬੋ ਨੇ ਉੜਨਾ ਛੋੜ ਦਿਆ ਸ਼ਰਮਾ ਗਏ ਹੈ ਮੁਝਸੇ ਨਾਰਾਜ਼ ਹੋ ਗਏ ਕਹਿ ਰਹੇ ਇੰਜੀਨੀਅਰ ਸਾਹਿਬ ਮਾਰੀ ਬਹੁਤ ਕਰਤੇ ਆਪ ਹਮਨੇ ਉੜਨਾ ਹੀ ਨਹੀਂ ਉੱਡੋ ਬਲਕਿ ਯੂਟਿਊਬ ਚੈਨਲ ਬਣਾ ਕੇ ਉਹਦੇ ਤੇ ਉੱਡ ਕੇ ਦੱਸੋ ਤਾਂ ਕਿ ਲੋਕ ਤੁਹਾਡੇ
ਕਾਇਲ ਹੋ ਜਾਣ ਸਬਸਕ੍ਰਾਈਬ ਕਰਨ ਤੁਹਾਨੂੰ ਹਮਾਰੀ ਅਕੈਡਮੀ ਮੈਂ 500 ਬੰਦਾ ਵੀ ਆਤਾ ਹੈ ਨਾ ਹਰ ਇੱਕ ਕੋ ਟੋਕਨ ਮਿਲਤਾ ਹੈ ਜੁੱਤੀਆਂ ਕਾ ਇੱਕ ਰੁਪਿਆ ਚਾਰਜ ਨਹੀਂ ਹੋਤਾ ਗਾੜੀ ਖੜੀ ਕਰਨੇ ਕਾ ਟੋਕਨ ਮਿਲਤਾ ਹੈ ਇੱਕ ਰੁਪਿਆ ਚਾਰਜ ਨਹੀਂ ਹੋਤਾ ਸਭ ਕੋ ਨਾਸ਼ਤਾ ਮਿਲਤਾ ਹੈ ਇੱਕ ਰੁਪਿਆ ਚਾਰਜ ਨਹੀਂ ਹੋਤਾ ਸਭ ਕੋ ਦੁੱਧ ਪੱਤੀ ਓਰੀਜਨਲ ਵਾਲੀ ਮਿਲਤੀ ਹੈ ਸਮੋਸਾ ਮਿਲਤਾ ਹੈ ਇੱਕ ਰੁਪਿਆ ਚਾਰਜ ਨਹੀਂ ਹੋਤਾ ਹੁਣ ਦੱਸੋ ਵੱਡਾ ਦਾਤਾ ਕਿਹੜਾ ਵੋ ਦਾਤਾ ਕੇ ਜਹਾਂ ਆਪਕੋ ਪੈਸੇ ਦੇਣੇ ਪੜੇ ਜੁੱਤੀ ਕੀ ਹਿਫਾਜ਼ਤ ਕੇ ਵਹਾਂ ਜਹਾਂ ਆਪਕੋ ਚੰਦਾ ਦੇਣਾ ਪੜੇ ਉਸੀ ਚੰਦੇ ਮੇਂ ਸੇ ਕੁਛ ਆਪਕੇ ਉੱਪਰ ਲਗਾਏ ਔਰ ਬਾਕੀ ਵਹਾਂ ਕੇ ਬੈਠੇ ਹੋਏ ਖਾਨਕਾਹ ਕੇ ਉੱਪਰ ਮੁਜਾਵਰ ਖਾ ਜਾਏ ਜਾਂ ਮਹਿਕਮਾ ਉਕਾਫ ਖਾ ਜਾਏ ਵੋ ਜੋ 1965 ਮੇਂ ਰਾਵੀ ਕੇ ਪੁਲ ਕੇ ਉੱਪਰ ਆ ਕੇ ਬੰਬ ਪਕੜਤਾ ਥਾ ਜਿਸ ਤਰ੍ਹਾਂ ਕੇ ਹਿੰਦੂਆਂ ਕੀ ਦੇਵੀਆਂ ਵਹਾਂ ਪਕੜਤੀ ਰਹੀਆਂ ਉਹਨਾਂ ਨੇ ਬੰਬ ਰੱਖੇ ਵੀ ਜੇ ਮਿਊਜ਼ੀਅਮ ਮੇਂ ਹਾਂ ਤੁਹਾਡੇ ਕੋਲ ਤੇ ਬੰਬ ਨਹੀਂ ਉਹਨਾਂ ਨੇ ਰੱਖੇ ਵੀ ਹੋਏ ਨੇ ਔਰ ਜਬ ਦਹਿਸ਼ਤਗਰਦ ਆ ਕੇ ਮਜ਼ਾਰ ਪੇ ਠੋਕ ਜਾਏ ਵੋ ਬਾਬਾ ਜੋ ਕੱਲ ਤੱਕ ਡਾਈਵ ਲਗਾ ਕੇ ਪਕੜਤਾ ਥਾ ਅੱਥੇ ਜੋ ਕੈਸ਼ ਡ੍ਰਾਪ ਕਰਤਾ ਪਾਕਿਸਤਾਨੀ ਟੀਮ ਆਰ ਹੁਣ ਪਤਾ ਲੱਗਾ ਪਾਕਿਸਤਾਨੀ ਟੀਮ ਕਿਉਂ ਕੈਸ਼ ਕਿਉਂ ਛੁੱਟਦੇ ਨੇ ਇਹਨਾਂ ਦੇ ਬਾਬੇ ਵੀ ਨੀ ਪਕੜ ਸਕਦੇ ਇਹਨਾਂ ਨੇ ਕਿੱਥੋਂ ਪਕੜਦੇ ਨੇ ਸਾਰੇ ਬਜ਼ੁਰਗੋ ਕੇ ਪਾਸ ਬੈਠ ਕੇ ਲੋਕ ਗੁਮਰਾਹ ਹੋਤੇ ਥੇ ਨਾ ਔਰ ਹਮਾਰੇ ਪਾਸ ਬੈਠਣੇ ਕੀ ਜ਼ਰੂਰਤ ਨਹੀਂ ਹਮਾਰੀ ਵੀਡੀਓਜ਼ ਵੀ ਕਹੀਂ ਪਹੁੰਚੀ ਹੋਈ ਹੈ ਨਾ ਉਨ ਬਜ਼ੁਰਗੋ ਕੇ ਮਾਨਣੇ ਵਾਲੇ ਜੋ ਆਪਣੇ ਬਜ਼ੁਰਗੋ ਕੇ ਸਾਥ ਇਸ ਲਈ ਅਟੈਚ ਹੋਏ ਥੇ ਕਿ ਪੂਰੀ ਜ਼ਿੰਦਗੀ ਬਜ਼ੁਰਗ ਪ੍ਰਸਤੀ ਮੇਂ ਮਰੇ ਅੱਲਾ ਨੇ ਉਨਕੀ ਔਲਾਦੋ ਕੋ ਵੀ ਹਦਾਇਤ ਦੇ ਦੀ ਹੈ ਤੋ ਬਤਾਓ ਕਿ ਬਾਬਾਓ ਕੇ ਬਾਬਾ ਕੌਣ ਹੈ ਔਰ ਇਹ ਮੈਂ ਤਫਨੁਨ ਕੇ ਤੌਰ ਪਰ ਬਾਤ ਕਰ ਰਹਾ ਹੂੰ ਹਾਂ ਇਹ ਮੇਰੇ ਕਲਿੱਪ ਕਾਰਡ ਲੇਤੇ ਹੈ ਹਾਂ ਔਰ ਕਹਤੇ ਹੈ ਜੀ ਇੰਜੀਨੀਅਰ ਸਾਹਿਬ ਦਾਅਵੇ ਕਰ ਰਹੇ ਹੋ ਇੰਜੀਨੀਅਰ ਸਾਹਿਬ ਨੇ ਕਿਆ ਦਾਅਵਾ ਕਰਨਾ ਨਾ ਹਮਨੇ ਚੰਦਾ ਬੁੱਕ ਬਣਾਈ ਕੋਈ ਨਾ ਕੋਈ ਮਸਜਿਦ ਬਣਾਈ ਨਮਾਜ਼ੇ ਤੁਹਾਰੇ ਪਿੱਛੇ ਪੜੇ ਚੰਦੇ ਤੁਮੇ ਦੇ ਤੁਮੇ ਮੁਸਲਮਾਨ ਸਮਝੇ ਇਸੇ ਬੜੀ ਤੁਹਾਰੇ ਸਾਥ ਕਿਆ ਨੇਕੀ ਕਰ ਸਕਤੇ ਹੈ ਤੁਹਾਰੇ ਬਜ਼ੁਰਗੋ ਨੇ ਤੋ ਦਾਤਾ ਦਰਬਾਰ ਪੇ ਆਪ ਚਲੇ ਜਾਏ ਜੁੱਤੀਓ ਕੇ ਉੱਪਰ ਵੀ ਨਾ 50 ਰੁਪਏ ਕਾ ਟੋਕਨ ਲਗਾਇਆ ਹੋਇਆ ਯਹਾਂ ਪੇ ਸੈਕੜੋ ਲੋਕ ਆਤੇ ਹੈ ਹਮਨੇ ਵੀ ਟੋਕਨ ਲਗਾਇਆ ਹੋਇਆ ਫਰੀ ਹੁਣ ਦੱਸੋ ਵੱਡਾ ਕਿਹੜਾ ਦਾਤਾ ਹੋਇਆ ਫਿਰ ਵਾਂ ਤੋ ਆਪ ਚੜ੍ਹਾਤੇ ਹੈ ਨਾ ਤੋ ਕੁਛ ਆਪ ਕੇ ਉੱਪਰ ਵੋ ਲਗਾ ਦੇਤੇ ਹੈ ਯਹਾਂ ਹਮ ਸਭ ਕੋ ਨਾਸ਼ਤਾ ਵੀ ਕਰਵਾਤੇ ਹੈ ਉਸਕੇ ਬਾਅਦ ਸਮੋਸੇ ਵੀ ਦੁੱਧ ਪੱਤੀ ਵੀ ਆਪਣੀ ਜੇਬ ਸੇ ਔਰ ਚੰਦਾ ਵੀ ਨਹੀਂ ਲੇਤੇ ਹੁਣ ਦੱਸੋ ਵੱਡਾ ਦਾਤਾ ਕਿਹੜਾ ਹੋਇਆ ਮੈਨੇ ਦਾਅਵਾ ਕੀਆ ਥਾ ਕਿ ਆਜ ਆਪ ਇਨਕੇ ਚੰਦੇ ਬੰਦ ਕਰ ਦੇ ਯਹਾਂ ਆਪਕੋ ਦਰਬਾਰੋਂ ਕੇ ਉੱਪਰ ਕੁੱਤੇ ਨਜ਼ਰ ਆਏਗੇ ਲੋਕਾਂ ਕੋ ਯਕੀਨ ਨਹੀਂ ਆਤਾ ਥਾ ਹਮਾਰੇ ਸਟੂਡੈਂਟਸ ਨੇ ਵੀਡੀਓਜ਼ ਵੀ ਵੋ ਕੁੱਤੋਂ ਵਾਲੀ ਨਿਕਾਲ ਦੀ ਹੈ ਇੱਕ ਦਰਬਾਰ ਕੋ ਸਿਰਫ ਦਰਵਾਜ਼ਾ ਉਸਕਾ ਬੰਦ ਹੁਆ ਹੈ ਔਰ ਉੱਪਰ ਵੀ ਕੁੱਤੇ ਬੈਠੇ ਹੋਏ ਨੀਚੇ ਵੀ ਕੁੱਤੇ ਬੈਠੇ ਹੋਏ ਦਰਵਾਜ਼ਾ ਖੋਲੇ ਅੰਦਰ ਵੀ ਚਲੇ ਜਾਏਗੇ ਫਲੈਸ਼ਬੈਕ ਅੱਜ ਗਵਰਨਮੈਂਟ ਚੰਦੇ ਬੰਦ ਕਰੇ ਨਾ ਤਾਂ ਉਸ ਮਜ਼ਾਰ ਦੇ ਉੱਤੇ ਤੁਹਾਨੂੰ ਕੁੱਤੇ ਫਿਰਦੇ ਹੋਏ ਨਜ਼ਰ ਆਣਗੇ ਸਫਾਈ ਕੇ ਲਈ ਵੀ ਕੋ ਮਜ਼ਾ ਨਹੀਂ ਮਿਲੇਗਾ ਚੰਦਾ ਵੀ ਉਹ ਪਲਦੇ ਹੋ ਤੁਮ ਲੋਕ ਚੰਦੋ ਸੇ ਖੁਦ ਖਾਤੇ ਹੋ ਔਰ ਥੋੜਾ ਸਾ ਆਵਾਮ ਪੇ ਲਗਾ ਕੇ ਇਹ ਕਹਿੰਦੇ ਹੋ ਕਿ ਬਾਬਾ ਬਾਲ ਰਹਾ ਹੈ ਇਹ ਆਈਡੈਂਟੀ ਅਲੱਗ ਸੇ ਕਾਇਮ ਰੱਖੇਂਗੇ ਤਾਂ ਚੰਦਾ ਬਾਕਸ ਕਾਇਮ ਰਹੇਗਾ ਨਾ ਆਪ ਮੁਝੇ ਬਤਾਏ ਅਗਰ ਇੱਕ ਸੁਨੀ ਕੇ ਸ਼ੀਆ ਕੇ ਪਿੱਛੇ ਨਮਾਜ਼ ਹੋਤੀ ਹੈ ਤੋ ਚਲੋ ਵਹਾਂ ਵੀ ਪੜ੍ਹ ਲਿਆ ਕਰੋ ਤੋ ਸਰਕਾਰ ਜਾਂ ਵੋ ਜੁਮਾ ਪੜੇਗਾ ਚੰਦਾ ਵੀ ਵਹਾਂ ਡਾਲੇਗਾ ਤੋ ਉਸਕਾ ਦਿਮਾਗ ਖਰਾਬ ਹੈ ਕਿ ਉਧਰ ਭੇਜੇ ਲੋਕੋ ਕੋ ਚੰਦਾ ਬੁੱਕ ਵੀ ਜੁੜੀ ਹੋਈ ਹੈ ਇਸਕੇ ਸਾਥ ਆਪ ਇਹ ਦੇਖੇ ਨਾ ਦੀਨ ਜਬ ਰੋਟੀ ਕੇ ਸਾਥ ਜੁੜ ਜਾਏ ਨਾ ਤੋ ਉਸਕੇ ਸਾਥ ਕੇ ਸਾਰੇ ਮਾਮਲਾਤ ਹੋ ਜਾਤੇ ਹੈ ਆਪਕੋ ਦੁਨੀਆ ਮੇਂ ਜਿਤਨੇ ਦਲੇਰ ਬੰਦੇ ਨਜ਼ਰ ਆ ਰਹੇ ਹੈ ਨਾ ਆਪ ਦੇਖੇਂਗੇ ਉਨਕਾ ਸੋਰਸ ਆਫ ਇਨਕਮ ਦੀਨ ਨਹੀਂ ਹੋਗਾ ਉਨਕੋ ਪਰਵਾਹ ਨਹੀਂ ਹੋਗੀ ਕਹਿਣਗੇ ਮੇਰੀ ਤਰਫ ਸੇ ਚੰਦਾ ਜ਼ੀਰੋ ਪੇ ਆ ਜਾਏ ਮਸਜਿਦ ਕਾ ਮਤਲਬ ਮੁਝੇ ਤਾਂ ਕੋਈ ਪਰਵਾਹ ਨਹੀਂ ਮੈਨੇ ਕਿਸੀ ਮਸਜਿਦ ਸੇ ਤੋ ਨਹੀਂ ਲੈ ਕੇ ਖਾਣਾ ਕਿ ਮੈਂ ਅਗਲੀ ਵਾਰ ਕਹੂੰਗੇ ਪਿਛਲੀ ਵਾਰ ਸੋ ਨਮਾਜ਼ੀ ਆਏ ਥੇ ਮੇਰੀ ਤਰਫ ਸੇ ਇਧਰ 5 ਬੰਦੇ ਬੈਠੇ ਹੋ 5000 ਬੈਠੇ ਹੋ ਮੁਝੇ ਤਾਂ ਕੋਈ ਫਰਕ ਨਹੀਂ ਪੜਤਾ ਕਿਉਂਕਿ ਮੈਂ ਤੋ ਇਸ ਸੇ ਲੈ ਕੇ ਖਾ ਨਹੀਂ ਨਾ ਰਹਾ ਤੋ ਮੇਰੀ ਤਰਫ ਸੇ ਇਹ ਜਹਾਂ ਮਰਜ਼ੀ ਜਾਏ ਤੋ ਇਹ ਚੀਜ਼ਾਂ ਇਨਕੇ ਸਾਥ ਜੁੜੀ ਹੋਈ ਹੈ ਦੂਸਰਾ ਗਵਰਨਮੈਂਟ ਕਾ ਇਹ ਕਾਮ ਹੈ ਕਿ ਵੋ ਇਸ ਤਰ੍ਹਾਂ ਕੇ ਜੋ ਆਪਨੇ ਕਹਿਣਾ ਜੋ ਸਰਗਨਾ ਹੈ ਫਿਤਨੋ ਕੇ ਇਨਕੇ ਉੱਪਰ ਪਾਬੰਦੀ ਲਗਾਏ
اور جن لوگوں نے اپنے دین کو کھیل اور تماشا بنا رکھا ہے اور دنیا کی زندگی نے ان کو دھوکے میں ڈال رکھا ہے ان سے کچھ کام نہ رکھو. ہاں اس قرآن کے ذریعے سے نصیحت کرتے رہو تاکہ قیامت کے دن کوئی اپنے اعمال کی سزا میں ہلاکت میں نہ ڈالا جائے. اس روز اللہ کے سوا نہ تو کوئی اس کا دوست ہوگا اور نہ سفارش کرنے والا.